प्रधानमंत्री मुर्दाबाद 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 कच्चे चने पके करो पके करो पके एक तरीक नूं लंघ गई आ। सो उस मीटिंग सानूं पक्के नहीं किया गया। सो उस गुस्से दे विच उस रोस दे विच असीं अज दे बस स्टैंड बंद करके सरकार तक अपनी आवाज़ पहुँचाउणा चाहुंदे आ। जुमले छड के चाहे साडा मुख्यमंत्री आ चाहे साडा ट्रांसपोर्ट मंत्री आ कह रहे कि असीं नवीं बसा पा रहे हैं वो सरकारी बैंकों के लोन लैके पै रही हैं। सरकारी खजाने चो एक रुपया नहीं दिता किसी नूं इन्हां ने। ये सरकार नूं ये चेतावनी दी गई आ कि जेकर साडियां मंगां दा हल ना किया तो इस तों बाद जिहड़ा साडा अगला एक्शन वा वो 7 तरीक नूं पूरे पंजाब दे विच अणमिथे समय की स्ट्राइक की जाऊगी। ਪੰਜਾਬ ਭਰ 'ਚ ਅੱਜ ਪੰਨ ਬੱਸ ਅਤੇ PRTC ਦੇ ਕੱਚੇ ਮੁਲਾਜ਼ਮਾਂ ਵੱਲੋਂ ਬੱਸ ਸਟੈਂਡਾਂ 'ਤੇ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਦੀਆਂ ਤਾਜ਼ਾ ਤਸਵੀਰਾਂ ਫਿਰੋਜ਼ਪੁਰ ਅਤੇ ਗੁਰਦਾਸਪੁਰ ਤੋਂ ਸਾਹਮਣੇ ਆਈਆਂ ਨੇ ਜਿਨ੍ਹਾਂ 'ਚ ਦੇਖਿਆ ਜਾ ਸਕਦਾ ਹੈ ਕਿ ਕੱਚੇ ਅਤੇ ਠੇਕੇ 'ਤੇ ਕੰਮ ਕਰ ਰਹੇ ਕੱਚੇ ਮੁਲਾਜ਼ਮਾਂ ਵੱਲੋਂ ਸੂਬਾ ਸਰਕਾਰ ਖਿਲਾਫ਼ ਜ਼ਬਰਦਸਤ ਪ੍ਰਦਰਸ਼ਨ ਕੀਤਾ ਜਾ ਰਿਹਾ ਅਤੇ ਖੂਬ ਨਾਅਰੇਬਾਜ਼ੀ ਵੀ ਕੀਤੀ ਜਾ ਰਹੀ ਹੈ। प्रदर्शन दौरान कच्चे मुलाजमान ने कहा कि पंजाब सरकार वालों पिछले लंबे समय तो ट्रांसपोर्ट विभाग के कच्चे मुलाजमान को पक्का नहीं किया जा रहा जिसके चलते अज उन्होंने वालों पंजाब भर के बस अड्डिया से रोस प्रदर्शन किया जा रहा है। इस दे नाल ही उन्होंने चेतावनी दी कि जेकर सरकार वालों उन्होंने मंगा ना मनिया गई तो 7 दिसंबर तो कच्चे मुलाजमान वालों अणमिथे समय लई हड़ताल की जाएगी। ਕਿੰਨਿਆਂ ਡਿਪੂਆਂ 'ਤੇ ਅੱਜ ਕਿੰਨੇ ਬੱਸ ਸਟੈਂਡ ਤੁਸੀਂ ਬੰਦ ਕੀਤੇ ਆ 2 ਘੰਟੇ ਲਈ? ਅੱਜ ਦਾ ਪ੍ਰੋਗਰਾਮ ਪੰਜਾਬ ਰੋਡਵੇਜ਼ ਪਨ ਬੱਸ PRTC ਕੰਟਰੈਕਟ ਵਰਕਰ ਯੂਨੀਅਨ ਵੱਲੋਂ ਕੀਤਾ ਜਾ ਰਿਹਾ। 2 ਘੰਟੇ ਵਾਸਤੇ ਪੰਜਾਬ ਦੇ ਪੂਰੇ 27 ਡਿਪੂ ਜਿਵੇਂ 9 ਡਿਪੂ PRTC ਦੇ ਪਲੱਸ 18 ਡਿਪੂ ਪਨ ਬੱਸ ਦੇ ਨੇ ਨਾਲ 2 ਸਬ ਡਿਪੂ ਨੇ। ਸੋ ਸਾਰੇ ਦੇ ਸਾਰੇ ਡਿਪੂਆਂ 'ਤੇ ਜਿਹੜੇ ਬੱਸ ਸਟੈਂਡ ਪੈਂਦੇ ਆ ਉਹ ਬੱਸ ਸਟੈਂਡ ਮੁਕੰਮਲ ਰੂਪ 'ਚ 2 ਘੰਟੇ ਵਾਸਤੇ ਬੰਦ ਕੀਤੇ ਗਏ ਆ। ਮੁੱਖ ਕਾਰਨ ਇਹੀ ਆ ਕਿ ਪੰਜਾਬ ਸਰਕਾਰ ਪਿਛਲੇ ਦਿਨੀ ਚਾਹੇ ਉਹ ਪੰਜਾਬ ਦਾ ਮੁੱਖ ਮੰਤਰੀ ਹੋਵੇ ਚਾਹੇ ਟਰਾਂਸਪੋਰਟ ਮੰਤਰੀ ਸਾਡੇ ਨਾਲ ਵਾਅਦਾ ਕੀਤਾ ਗਿਆ ਸੀ ਕਿ ਤੁਹਾਨੂੰ ਜਲਦ ਪੱਕੇ ਕਰ ਰਹੇ ਹਾਂ। ਸੋ ਕੈਬਨਿਟ ਮੀਟਿੰਗ ਦਾ ਵਾਅਦਾ ਸੀ, ਆਖਰੀ ਵਾਅਦਾ ਜਿਹੜਾ ਸਾਡੇ ਨਾਲ 22 ਨਵੰਬਰ ਨੂੰ ਕੀਤਾ ਸੀ। ਕੈਬਨਿਟ ਮੀਟਿੰਗ 1 ਤਰੀਕ ਨੂੰ ਲੰਘ ਗਈ ਆ। ਸੋ ਉਸ ਮੀਟਿੰਗ 'ਚ ਸਾਨੂੰ ਪੱਕੇ ਨਹੀਂ ਕੀਤਾ ਗਿਆ। ਸੋ ਉਸ ਗੁੱਸੇ ਦੇ ਵਿੱਚ ਉਸ ਰੋਸ ਦੇ ਵਿੱਚ ਅਸੀਂ ਅੱਜ ਦੇ ਬੱਸ ਸਟੈਂਡ ਬੰਦ ਕਰਕੇ ਸਰਕਾਰ ਤੱਕ ਆਪਣੀ ਆਵਾਜ਼ ਪਹੁੰਚਾਉਣਾ ਚਾਹੁੰਦੇ ਹਾਂ। ਜੇਕਰ ਸਰਕਾਰ ਨੇ ਸਾਨੂੰ ਤੁਰੰਤ ਆਉਣ ਵਾਲੇ ਦਿਨਾਂ 'ਚ ਪੱਕੇ ਨਾ ਕੀਤਾ ਤਾਂ 7 ਤਰੀਕ ਤੋਂ ਮੁਕੰਮਲ ਰੂਪ 'ਚ ਟਰਾਂਸਪੋਰਟ ਦਾ ਸਮੁੱਚਾ ਕੰਮ ਹੜਤਾਲ 'ਤੇ ਜਾਏਗਾ। ਸੋ ਉਹਦੀ ਜ਼ਿੰਮੇਵਾਰ ਸਿੱਧੀ ਸਿੱਧੀ ਸਰਕਾਰ ਹੋਏਗੀ। ਕਿੰਨੇ ਮੁਲਾਜ਼ਮ ਜਿਹੜੇ ਅੱਜ ਹੜਤਾਲ 'ਤੇ ਬੈਠੇ ਹੋਏ ਨੇ? ਹੜਤਾਲ 'ਤੇ ਸਾਡਾ ਸਿਰਫ 2 ਘੰਟੇ ਦਾ ਪ੍ਰੋਗਰਾਮ ਆ। ਸੋ ਇਸ ਪ੍ਰੋਗਰਾਮ 'ਚ ਜਿੰਨੇ ਵੀ ਟਾਈਮ 2 ਘੰਟੇ ਦੇ ਵਿੱਚ ਰੂਟਾਂ 'ਤੇ ਜਾਣ ਵਾਲੇ ਸੀ ਉਹੀ ਮੁਲਾਜ਼ਮ 2 ਘੰਟੇ ਵਾਸਤੇ ਸ਼ਮੂਲੀਅਤ ਕਰਨਗੇ। ਅਸੀਂ ਹੜਤਾਲ ਦੇ ਰੂਪ 'ਚ ਨਹੀਂ ਬੈਠੇ, ਅਸੀਂ ਸਿਰਫ ਰੋਸ ਪ੍ਰਦਰਸ਼ਨ ਕਰਨ ਵਾਸਤੇ ਬੱਸ ਸਟੈਂਡ ਬੰਦ ਕੀਤੇ ਆ ਤਾਂ ਕਿ ਜਨਤਾ ਦੇ ਰੂਪ 'ਚ ਜਨਤਾ ਤੱਕ ਤੁਸੀਂ ਸਾਡੀ ਆਵਾਜ਼ ਪਹੁੰਚਾ ਸਕੋ ਅਤੇ ਆਮ ਸਰਕਾਰ ਤੱਕ ਵੀ ਪਹੁੰਚ ਜਾਵੇ। ਅਸੀਂ ਆਮ ਜਨਤਾ ਨੂੰ ਅਪੀਲ ਕਰਦੇ ਹਾਂ ਕਿ ਸਾਡੀ ਮੰਗ 10,000 ਸਰਕਾਰੀ ਬੱਸਾਂ ਪਾਉਣ ਦੀ ਆ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਆ, ਟਰਾਂਸਪੋਰਟ ਦੇ ਖੇਤਰ ਨੂੰ ਬਚਾਉਣ ਦੀ ਆ। ਇਹ ਜੁਮਲੇ ਛੱਡ ਕੇ ਚਾਹੇ ਸਾਡਾ ਮੁੱਖ ਮੰਤਰੀ ਆ ਚਾਹੇ ਸਾਡਾ ਟਰਾਂਸਪੋਰਟ ਮੰਤਰੀ ਆ ਕਹਿ ਰਹੇ ਕਿ ਅਸੀਂ ਨਵੀਆਂ ਬੱਸਾਂ ਪਾ ਰਹੇ ਹਾਂ, ਉਹ ਸਰਕਾਰੀ ਬੈਂਕਾਂ ਦੇ ਵਿੱਚੋਂ ਲੋਨ ਲੈ ਕੇ ਪੈ ਰਹੀਆਂ। ਸਰਕਾਰੀ ਖਜ਼ਾਨੇ 'ਚੋਂ 1 ਰੁਪਈਆ ਨਹੀਂ ਦਿੱਤਾ ਕਿਸੇ ਨੂੰ ਇਹਨਾਂ ਨੇ, ਸਿਰਫ ਉਹ ਆਪਣੇ ਚੁਣਾਵਾਂ ਦੇ ਵਿੱਚ ਗਰਾਂਟਾਂ ਵੰਡਣ ਵਾਸਤੇ ਅਤੇ ਵੋਟਾਂ ਬਟੋਰਨ ਵਾਸਤੇ ਗੱਲਾਂ ਕਰਦੇ ਪਏ ਨੇ। ਗਰਾਂਟਾਂ ਵੰਡੀਆਂ ਜਾ ਰਹੀਆਂ ਪਿੰਡਾਂ 'ਚ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਗੱਲ ਉੱਥੇ ਨਹੀਂ ਕੀਤਾ ਜਾ ਰਿਹਾ। ਵਿਭਾਗਾਂ ਦਾ ਨਿੱਜੀਕਰਨ ਹੋ ਰਿਹਾ, ਉਹਨਾਂ ਨੂੰ ਬਚਾਉਣ ਵਾਸਤੇ ਅਸੀਂ ਲੜਾਈ ਲੜਦੇ ਪਏ। ਕਿੰਨੇ ਮੁਲਾਜ਼ਮ ਪੱਕੇ ਕਰਨ ਦੀ ਮੰਗ ਹੈਗੀ? ਸਾਡੀ ਮੰਗ ਹੈ ਕਿ ਪੰਜਾਬ 'ਚ ਟੋਟਲ ਓਵਰਆਲ 7600 ਮੁਲਾਜ਼ਮ ਹੈ, PRTC ਦੇ ਪਣ ਬੱਸ ਦਾ ਉਹਨੂੰ ਤੁਰੰਤ ਪੱਕਾ ਕੀਤਾ ਜਾਵੇ। ਸੋ ਜੇਕਰ ਸਰਕਾਰ ਇਹ ਮੁਲਾਜ਼ਮਾਂ ਨੂੰ ਪੱਕੇ ਨਹੀਂ ਕਰਦੀ ਤਾਂ ਆਉਣ ਵਾਲੀ 7 ਤਰੀਕ ਤੋਂ ਅਣਮਿੱਥੇ ਸਮੇਂ ਦੀ ਹੜਤਾਲ ਹੈ ਜਿਹੜੀ ਉਹ ਅਸੀਂ ਸ਼ੁਰੂ ਕਰਾਂਗੇ। ਉਸ ਹੜਤਾਲ 'ਚ ਤਿੱਖੇ ਪ੍ਰੋਗਰਾਮ ਪੰਜਾਬ ਦੇ ਮੁੱਖ ਮੰਤਰੀ ਨੂੰ ਜਾਂ ਫਿਰ ਕੈਬਨਿਟ ਮੰਤਰੀ ਜਿੱਥੇ ਵੀ ਜਾਣਗੇ ਉਹਨਾਂ ਨੂੰ ਘੇਰਨ ਦੇ ਨਾਲ ਨਾਲ ਉਹਨਾਂ ਦੇ ਹਲਕਿਆਂ ਦੇ ਵਿੱਚ ਉਹਨਾਂ ਦੇ ਘਰਾਂ ਦੇ ਅੱਗੇ ਵੀ ਧਰਨੇ ਰੱਖੇ ਜਾਣਗੇ। ਉਹਨਾਂ ਧਰਨਿਆਂ ਦੇ ਵਿੱਚ ਤਿੱਖੇ ਸੰਘਰਸ਼ ਦੇ ਰੂਪ 'ਚ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਨਾਲ ਨਜਿੱਠਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਅਸੀਂ ਆਪਣੀ ਮੰਗ ਅਤੇ ਆਪਣੇ ਰੁਜ਼ਗਾਰ ਨੂੰ ਅਤੇ ਇਸ ਅਦਾਰੇ ਨੂੰ ਬਚਾਉਣ ਦੀ ਲੜਾਈ ਲੜਦੇ ਪਏ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਰੇਸ਼ਮ ਸਿੰਘ ਗਿੱਲ, ਸੂਬਾ ਪ੍ਰਧਾਨ ਪੰਜਾਬ ਰੋਡਵੇਜ਼ ਪਣ ਬੱਸ PRTC ਕੰਟਰੈਕਟ ਵਰਕਰ ਯੂਨੀਅਨ ਪੰਜਾਬ। ਮੈਂ ਜੀ ਪਰਮਜੀਤ ਸਿੰਘ ਘੁਹਾੜ, ਬਟਾਲਾ ਡਿਪੂ ਦਾ ਪ੍ਰਧਾਨ ਵਾਂ। ਅੱਜ ਜੋ ਇਹ ਪੂਰੇ ਪੰਜਾਬ ਦੇ ਵਿੱਚ ਬੱਸ ਅੱਡੇ ਬੰਦ ਕੀਤੇ ਗਏ ਆ, ਇਹ 2 ਘੰਟੇ ਦੀ ਕਾਲ ਆ, 10 ਤੋਂ 12 ਵਜੇ ਤੱਕ।
ये सरकार नूं जो साडियां मंगां प्रति पंजाब रोडवेज पन बस के जो पी आर टी सी कच्चे मुलाजम जिहड़े ठेके के आधार पर काम कर रहे हैं उन्हां नूं पक्कियां कराउण वास्ते और सरकार कोलों जिहड़ियां बसां वा वो वध कराउण वास्ते नवीआं पाउण वास्ते जो अज दा रोस कर रहे हैं पिछले काफ़ी लंबे समय तो जिहड़ा साडा रोस चल रहा लेकिन सानूं साडे जो मानयोग ट्रांसपोर्ट मंत्री साहब राजा वड़िंग जी उन्हां वल्लों पिछली दिनी ये कहा गया सी वी असीं तुहानूं पंजाब रोडवे पन बस के मुलाजम जिहड़े पक्के कर दिते जाणगे लेकिन अज एक महीने का समा बीत जाने के बाद साडा जिहड़ा कोई भी हल नहीं किया उन्होंने तां करके अज असीं ये दो घंटे जिहड़ा बस अड्डा बंद किया गया वा तो सरकार नूं ये चेतावनी दी गई आ भी जेकर साडियां मंगां दा हल ना किया तो इस तों बाद जिहड़ा साडा अगला एक्शन वा वो 7 तरीक नूं पूरे पंजाब दे विच अणमिथे समय की स्ट्राइक की जाऊगी तां जो कोई भी कर्मचारी आ साडा रूट ते नहीं जाऊगा हड़ताल साड़ी जारी रहेगी जिन्ना चक साड़ियां मंगा पूरियां नहीं होंदियां कच्चे कामे नहीं पक्के करदे उन्ना चिर साड़ी जिहड़ी आ हड़ताल जारी रहेगी। कच्चे मुलाजमान का इल्जाम है कि सरकार वालों पिछले लंबे समय तो कच्चे मुलाजमान लारी लाई जा रहे हैं उन्हां दीआं मंगां वल कोई खास ध्यान नहीं दिता जा रहा। दस दें कि कच्चे मुलाजमान की मंग है कि ट्रांसपोर्ट विभाग को बचाया जाए और इस विच 10,000 सरकारी बसा पाने की मंग सने कच्चे मुलाजमान रेगूलर करन की भी मंग की जा रही है। फिलहाल हुण देखना होगा कि सरकार वालों इन्हां कच्चे मुलाजमान दीआं मंगां वल कदों तक ध्यान दिता जाए जां फिर कच्चे मुलाजम 7 दिसंबर नूं अणमिथे समय लई हड़ताल करन ते मजबूर होणगे इह तां आउण वाला समां ही दसेगा। फिरोजपुर तों परमजीत पम्मा, गुरदासपुर तों रोहित गुप्ता, पंजाबी लोक चैनल।